ਆ ਵੇਖੋ ਜੀ ਸਾਹਿਬ ਭਰਾ ਜੀ, ਪੰਗ ਪਰੰਗਾ, ਡਿਜ਼ਾਈਨਦਾਰ ਘੁੱਪ, ਹਾਂਜੀ ਹਾਂਜੀ, ਅਬਾਂਸੀ, ਤੀਲੀ, ਆਹ ਤਰ੍ਹਾਂ ਦੇ ਬਹੁਤ ਸੋਹਣੇ ਡਿਜ਼ਾਈਨ ਦਿਆ ਕਿਤੇ ਭਾਈ, ਬਹੁਤ ਜ਼ਿਆਦਾ ਸੋਹਣੇ। ਇਸ ਤੋਂ ਇਲਾਵਾ ਬਾਈ ਹੋ ਗਏ ਨੇ, ਕੋਈ ਵੀ ਡਿਜ਼ਾਈਨ ਤਿਆਰ ਕਰਾਉਣਾ ਉਹੀ ਹੋ ਜਾਊਗਾ ਬਾਈ? ਹਾਂਜੀ, ਉਹ ਵੀ ਤਿਆਰ ਹੋ ਜਾਏਗਾ ਜੀ, ਉੱਥੇ ਜਦੋਂ ਮਰਜ਼ੀ ਮੁਕੇਸ਼ ਕੁਮਾਰ ਲੋਹਰੀ ਗੇਟ ਬੱਕਰ ਮੰਡੀ ਲੱਗੇਗਾ, ਹਾਂਜੀ ਪਾ ਕੇ ਮਿਲ ਸਕਦੇ ਉੱਥੇ ਬਾਈ, ਬਹੁਤ ਪਿਆਰੇ ਡਿਜ਼ਾਈਨ ਤਿਆਰ ਕਿਤੇ। ਹਾਂਜੀ ਬਾਈ, ਆਪਣੀਆਂ ਗੁੱਡੀਆਂ ਕਿੰਨੀਆਂ ਸਟਾਰਟ ਹੋਈ ਨੇ, ਗੁੱਡੀਆਂ ਪ੍ਰਾਈਸ ਕੀ ਸਟਾਰਟ ਹੁੰਦਾ ਨਾ ਬਾਈ? ਹਾਂ ਬਾਈ, ਗੁੱਡੀ ਦਾ ਕੀ ਪ੍ਰਾਈਸ ਸਟਾਰਟ ਹੁੰਦਾ ਨਾ ਆਪਣਾ? ਗੁੱਡੀ ਸਾਡੀ 2 ਰੁਪਏ ਤੋਂ ਸ਼ੁਰੂ ਹੋਣੀ ਹੈ ਜੀ, 2 ਰੁਪਏ ਸਟਾਰਟ ਹੁੰਦੀ ਹੈ ਬਾਈ। ਹਾਂਜੀ, 2 ਰੁਪਏ ਵਾਲੀ, 5 ਰੁਪਏ ਵਾਲੀ, 4 ਰੁਪਏ ਵਾਲੀ, 7 ਰੁਪਏ ਦੀ, 10 ਰੁਪਏ ਦੀ, 12 ਰੁਪਏ ਵਾਲੀ, 15 ਰੁਪਏ ਵਾਲੀ, ਜੇ ਕਿਸੇ ਨੇ ਇਕੱਠੀ ਲੈਣੀ ਇਕੱਠੀ ਮਿਲ ਜਾਊਗੀ ਆਪਣੇ, ਇਕੱਠੀਆਂ ਵੀ ਸਸਤੀਆਂ ਮਿਲ ਜਾਣਗੀਆਂ ਤੁਹਾਨੂੰ। ਹਾਂਜੀ ਹਾਂਜੀ, ਇੱਥੇ ਹੋਲਸੇਲ ਪ੍ਰਚੂਨ ਦੋਨੇ ਕੰਮ ਹੈਗਾ ਜੀ। ਉਹ ਨਿੱਕੀ ਗੁੱਡੀ ਵੀ ਬਣਾਈ ਹੋਈ ਹੈ, ਉਹ ਦੇਖੋ ਸਾਹਮਣੇ ਹੋਰ ਰੱਖੀ ਹੈ। ਹਾਂਜੀ ਬਾਈ, ਅੱਜ ਕੀ ਤਿਆਰ ਕਰਨ ਲੱਗੇ? ਅੱਜ ਮਹਾਰਾਜ ਤਿਰੰਗੇ ਲੱਗੇ ਬਣਾਉਣ, ਤਿਰੰਗੇ ਬਣਾ ਕੇ। ਹਾਂਜੀ, 15 ਅਗਸਤ ਆ ਰਹੀ ਹੈ, ਹਾਂਜੀ ਹਾਂਜੀ, ਡਿਮਾਂਡ ਆ ਰਹੀ ਤਿਰੰਗੇ ਦੀ ਕਿ ਭਾਈ ਤਿਰੰਗੇ ਬਣਾ ਕੇ ਦਿਓ। ਹਾਂਜੀ ਹਾਂਜੀ, ਤੇ ਆ ਤੀਲੇ ਦੀ ਸਿਲਾਈ ਹੋ ਰਹੀ ਆ, ਦੇਖੋ ਜੋੜਾ ਮੇਲ ਲਿਆ, ਸੈੱਟ ਕਰ ਲਿਆ। ਹਾਂਜੀ ਹਾਂਜੀ, ਹੁਣ ਆਪਾਂ ਤਿਰੰਗੇ ਦੀ ਕਟਿੰਗ ਕਰਨ ਲੱਗੇ ਹਾਂ। ਇਹ ਜੋੜਾ ਮਿਲ ਗਿਆ ਬਣਾਉਂਦੇ ਬਾਈ? ਹਾਂਜੀ ਮਹਾਰਾਜ, ਜੋੜਾ ਮਿਲ ਕੇ ਹਮੇਸ਼ਾ ਤੰਗ ਸਿੱਧੀ ਰਹੇਗੀ, ਖਰਾਬ ਘੱਟ ਹੀ ਕਰੇਗੀ, ਨਹੀਂ ਜ਼ਿਆਦਾਤਰ ਲੋਕਾਂ ਦੀ ਤੁਹਾਨੂੰ ਪਤਾ ਪਤੰਗਾਂ ਡਿਜ਼ਾਈਨਦਾਰ ਲੈ ਕੇ ਖਰਾਬ ਕਰਦੀਆਂ। ਬਾਈ ਕਿੰਨੇ ਚਿਰ ਹੋ ਗਿਆ ਆਪਾਂ ਪਤੰਗ ਤਿਆਰ ਕਰਦੇ? ਸਾਨੂੰ ਹੋ ਗਏ 8-10 ਸਾਲ ਹੋ ਗਏ। 8-10 ਸਾਲ ਹੋ ਗਏ ਬਾਈ ਜੀ, ਕਾਫੀ ਚਿਰ ਹੋ ਗਿਆ ਬਾਈ ਤੁਹਾਨੂੰ ਕੰਮ ਕਰਦੇ। ਹਾਂ ਦੇਖੋ ਜੀ, ਹਰ ਸਾਰੀ ਬਾਈ ਪਤੰਗ ਤਿਆਰ ਕਰਦੇ? ਹਾਂਜੀ, ਹਰ ਤਰ੍ਹਾਂ ਦੀ ਵੱਡੀ ਛੋਟੀ ਪਤੰਗ, 3 ਪੈਸਾ, ਟਕਾ ਜੋੜਾ, ਨਿੱਕੇ ਖਿਡੌਣੇ, ਕਿਸੇ ਨੇ 12 ਦਵਾ ਤਿਆਰ ਕਰਾਉਣੀ ਹੋਈ ਹੈ, 12 ਗੁੱਡੇ ਆਉਂਦੇ, 20 ਦਵਾ, 12 ਦਵਾ ਅਜੇ ਚੱਲਦੇ ਪਏ, ਬੜੇ ਵੱਡੇ ਵੱਡੇ ਗੁੱਡੇ ਜੀ, ਉਹ ਵੀ ਬਣਾ ਲਈ ਹੈ। 5 ਸਾਨ ਪਤੰਗ ਵੀ ਤਿਆਰ ਕਰਦੇ ਬੜੀ? ਹਾਂਜੀ, 5 ਗਿੱਠੀ, 7 ਗਿੱਠੀ, 8 ਗਿੱਠੀ। ਤੇ ਉਹਨਾਂ ਦਾ ਪ੍ਰਾਈਸ ਕੀ ਸਟਾਰਟ ਕੀਤਾ ਹੋਣਾ ਆਈਡੀਆ ਕੋਈ ਹੋਏਗਾ? ਪਤੰਗ ਜਿਹੜੀ ਬਾਜ਼ਾਰ ਨਾਲ ਤੁਹਾਨੂੰ ਸਸਤੀ ਮਿਲੇਗੀ, ਤੇ ਮੌਕੇ ਦਾ ਰੇਟ ਹੈਗਾ ਬੜੀ? ਹਾਂਜੀ, ਵੱਡੀ ਪਤੰਗ ਮੌਕੇ ਦਾ ਰੇਟ ਹੁੰਦਾ ਜੀ। ਹਾਂਜੀ ਹਾਂਜੀ, ਆਮ ਸਾਈਜ਼ ਪਤੰਗ ਲੈਣੇ ਆ। ਆਮ ਸਾਈਜ਼ ਪਤੰਗ ਕਿੰਨੇ ਸਟਾਰਟ ਕੀਤੀ ਬਾਈ? ਇਹ ਆਪਾਂ 50 ਰੁਪਏ ਤੋਂ ਸ਼ੁਰੂ ਕੀਤੀ, 50 ਰੁਪਏ ਸਟਾਰਟ ਕੀਤੀ ਜੀ। ਗੱਜ ਅਵਾਂਸੀ ਪਤੰਗ ਵਧੀਆ ਲੋਕੀ ਲੈ ਰਹੇ ਆ। ਕਿਸੇ ਨੇ ਵਿਜਿਟ ਕਰਨਾ ਦੁਕਾਨ ਦੇ, ਐਡਰੈਸ ਕੀ ਹੋਊਗਾ ਆਪਣਾ? ਇਹ ਜੀ ਮੁਕੇਸ਼ ਕੁਮਾਰ ਹੈਗਾ, ਲੋਹਰੀ ਗੇਟ ਪੈਟਰੋਲ ਪੰਪ ਦੇ ਲਾਗੇ, ਬੱਕਰ ਮੰਡੀ। ਹਾਂਜੀ, ਉੱਥੇ ਆ ਕੇ ਤੁਸੀਂ ਜਦੋਂ ਮਰਜ਼ੀ ਕਿਸੇ ਨੂੰ ਪੁੱਛ ਲਓ, ਉੱਥੇ ਆ ਕੇ ਮਿਲ ਸਕਦੇ ਜੀ। ਹੁਣ ਆਪਾਂ ਤਿਰੰਗਾ ਲੱਗੇ ਤਿਆਰ ਕਰਨ, ਆ ਸ਼ੀਟ ਲੱਗੇ ਜੋੜਨ, ਆ ਜੋੜਾ ਮੇਲ ਲਿਆ ਆ। ਹਾਂਜੀ ਹਾਂਜੀ, ਹੁਣ ਆਪਾਂ ਤਿਰੰਗਾ ਤਿਆਰ ਕਰਨਾ, ਆਪਾਂ ਸ਼ੀਟ ਜੋੜਨੀ ਹੈ ਤੁਹਾਡੇ ਸਾਹਮਣੇ। ਦੇਖੋ ਜੀ, ਮਿਹਨਤੀ ਰੱਖ ਕੇ ਆਪਾਂ ਬਣਾਈ ਦੀ ਪਤੰਗ। ਹਾਂਜੀ ਹਾਂਜੀ, ਮਿਹਨਤੀ ਰੱਖ ਕੇ ਬਣਾਓ, ਪਤੰਗ ਵੀ ਖਰਾਬ ਨਹੀਂ ਕਰੇਗੀ। ਸਹੀ ਗੱਲ ਹੈ ਜੀ। ਪਤੰਗ ਹਾਂਜੀ, ਆ ਦੇਖੋ ਜੀ, ਸੈਟਿੰਗ ਕਰ ਲਈ ਹੈ, ਆ ਸ਼ੀਟ ਵੱਢ ਰਹੀ ਹੈ ਤੁਹਾਡੇ ਸਾਹਮਣੇ। ਅੱਛਾ, ਮਿਹਨਤੀ ਆ ਕੇ ਬਣਾਉਂਦੇ ਬਾਈ? ਹਾਂਜੀ, ਆਪਾਂ ਜੋੜਾ ਲੱਗੇ ਜੀ, ਵਧੀਆ ਤਿਰੰਗੇ ਲੱਗਿਆ ਜੁੜਨ। ਹਾਂਜੀ ਹਾਂਜੀ, ਜੋੜ ਬਿਲਕੁਲ ਬਰਾਬਰ ਦਾ, ਬਰਾਬਰ ਜੋੜ ਦੇਣਾ ਬੰਦੇ। ਹਾਂਜੀ ਸਹੀ ਗੱਲ ਹੈ ਬਾਈ, ਬੜੀ ਮਿਹਨਤ ਦਾ ਕੰਮ ਹੈ ਬਾਈ। ਤਿਰੰਗੇ ਦੀ ਸ਼ੀਟ ਤੁਹਾਡੇ ਸਾਨੂੰ ਜੁੜ ਗਈ ਹੈ। ਹਾਂਜੀ ਹਾਂਜੀ, ਜੇ ਬਾਈ ਕਿਸੇ ਤੁਹਾਨੂੰ ਮਿਲਣਾ ਹੋਏ ਤੇ ਕਿਸੇ ਵਿਜਿਟ ਕਰੇ ਬਾਈ ਤੁਹਾਨੂੰ?
ਮੁਕੇਸ਼ ਕੁਮਾਰ ਹੈਗਾ ਲੋਹਰੀ ਗੇਟ ਪੱਕਰ ਮੰਡੀ ਦੇ ਸਾਹਮਣੇ, ਹਾਂਜੀ ਹਾਂਜੀ, ਪੈਟਰੋਲ ਪੰਪ ਦੇ ਲਾਗੇ, ਉੱਥੇ ਜਾ ਕੇ ਤੁਸੀਂ ਜਦੋਂ ਮਰਜ਼ੀ ਆ ਕੇ ਮਿਲ ਸਕਦੇ ਜੀ। ਪਤੰਗ ਮੋੜੋ ਦੇ ਆਰਾਮ ਕਦੀ ਫਟਦੀ ਨੀ ਹੈ, ਕਈ ਟਿਕਨ ਲਾਉਂਦੇ ਭਾਰਾ ਹਲਕਾ ਵਾਲਾ, ਹਾਂਜੀ ਹਾਂਜੀ, ਉਹ ਪਤੰਗ ਉੱਥੇ ਮੋੜ ਤੇ ਫਟ ਜਾਂਦੀ ਹੈ ਪਤੰਗ। ਅੱਛਾ, ਉਹ ਕੁੰਡੇ ਨਿਕਲਣ ਦੇ ਬਾਹਰ, ਹਾਂਜੀ ਹਾਂਜੀ, ਉਹ ਕਹਿੰਦੇ ਭਾਜੀ ਉੱਥੇ ਪਤੰਗ ਫਟ ਗਈ ਹੈ, ਕੁੰਡੇ ਖੁੱਲ ਗਏ ਆ, ਹਾਂਜੀ ਹਾਂਜੀ, ਇਸ ਕਰਕੇ ਆਪਾਂ ਵਧੀਆ ਟਿਕਣ ਲਈਦਾ ਪਤੰਗ ਦੇ ਕੁੰਡੇ ਖੁੱਲਣ ਨਾਲ ਨਾ ਫਟਣ। ਹਾਂਜੀ ਹਾਂਜੀ, ਹੁਣ ਆਹ ਦੇਖੋ ਜੀ ਆਪਾਂ ਤੀਲੇ ਲੱਗੇ ਲਾਉਣ, ਆਹ ਜੋੜਾ ਮਿਲਿਆ ਸੀ ਤੁਹਾਡੇ ਸਾਹਮਣੇ, ਹਾਂਜੀ ਹਾਂਜੀ, ਇੱਕ ਤਗੜਾ ਤੀਲਾ ਹੁੰਦਾ ਇੱਕ ਨਰਮ ਤੀਲਾ ਹੁੰਦਾ, ਆਪਾਂ ਵੇਖ ਕੇ ਲਾਉਣਾ ਆ, ਤਗੜਾ ਤੀਲਾ ਹਮੇਸ਼ਾ ਉੱਪਰ ਆਏਗਾ ਤੇ ਨਰਮ ਤੀਲਾ ਥੱਲੇ, ਨਰਮ ਤੀਲਾ ਥੱਲੇ। ਹਾਂਜੀ, ਟਿਕਣ ਲਾਤਾ ਆਪਾਂ, ਹਾਂਜੀ ਹਾਂਜੀ, ਹੋ ਰਿਹਾ ਤੁਹਾਡਾ ਬਿਲਕੁਲ ਸੈਂਟਰ ਸਿੱਧਾ ਆਇਆ ਜੀ। ਹਾਂਜੀ ਹਾਂਜੀ, ਸੈਂਟਰ ਬਿਲਕੁਲ ਸਿੱਧਾ ਹੈਗਾ, ਪਤੰਗ ਤੁਹਾਡੀ ਸਿੱਧੀ ਹੀ ਜਾਏਗੀ, ਖਰਾਬ ਨੀ ਕਰੇਗੀ। ਤਿਰੰਗੇ ਵਧੀਆ ਬਣਾ ਰਹੇ ਇਸ ਕਰਕੇ ਆਪਾਂ ਪੂਰਾ ਧਿਆਨ ਰੱਖੀਦਾ ਕਿ ਗਿੱਲਾ ਖਰਾਬ ਨਾ ਹੋਵੇ। ਹਾਂਜੀ, ਗਿੱਲਾ ਵੀ ਵਧੀਆ ਲੱਗਦਾ ਆ, ਸਹੀ ਗੱਲ ਆ, ਸੇਕਾ ਲਾ ਕੇ ਪੂਰਾ ਪ੍ਰੋਪਰ, ਟਾਈਮ ਜ਼ਰੂਰ ਵੱਧ ਲੱਗ ਜਾਂਦਾ ਲੇਕਿਨ ਚੀਜ਼ ਵਧੀਆ ਬਣਾਈ ਦੀ ਆ। ਹਾਂਜੀ ਹਾਂਜੀ, ਦੇਖੋ ਜੀ ਤੁਹਾਡੇ ਸਾਹਮਣੇ ਜੀ ਤਿਰੰਗਾ, ਹੁਣ ਆਪਾਂ ਆਪਦੀ ਕਟਿੰਗ ਕਰਨ ਲੱਗੇ ਹਾਂ, ਕਟਿੰਗ ਵਿਖਾ ਦਈਏ। ਦੇਖੋ ਜੀ ਕਟਿੰਗ ਹੋ ਗਈ, ਹਾਂਜੀ, ਹੁਣ ਆਪਾਂ ਗੱਜ ਲੱਗੇ ਆ ਬੰਧਨ, ਗੱਜ ਬੰਨਣ ਲੱਗੇ ਜੀ। ਹਾਂਜੀ, ਹੁਣ ਪਤੰਗ ਨੂੰ ਗੱਜ ਬੰਨਣਾ ਆ। ਹਾਂਜੀ ਹਾਂਜੀ,
ਦੇਖੋ ਜੀ ਗੱਜ ਬਣ ਰਹੇ ਆ। ਹਾਂਜੀ ਹਾਂਜੀ ਛੋਟੀ ਪਤੰਗ ਦੇ ਫਿਰ ਛੋਟੇ ਆਂਦੇ ਕਹਿੰਦੇ ਭਾਈ ਨਹੀਂ ਜੀ ਸਹੀ ਨੀ ਲੱਗੀ, ਇਸ ਕਰਕੇ ਵੱਡੀ ਪਤੰਗ ਦੇ ਨਾਂ ਲਿਖੇ ਬਣਾ ਕੇ ਦੇਈਦਾ ਤਾਂ ਕਿ ਅਗਲਾ ਵੇਖੇ ਖੁਸ਼ ਹੋ ਜੇ ਹਾਂ ਭਾਈ ਸਾਡੀ ਚੀਜ਼ ਵਧੀਆ ਬਣੀ। ਸਹੀ ਗੱਲ ਹੈ। ਅੱਜ ਕੱਲ ਲੋਕੀ ਨਿੱਕੇ ਨਿੱਕੇ ਖਿਡੌਣੇ ਬਣਾ ਲੈਂਦੇ ਆ, ਉਹ ਤੇ ਨਾਂ ਲਿਖਾ ਲੈਂਦੇ ਆ। ਹਾਂਜੀ ਹਾਂਜੀ ਬਣੇਗੀ ਬਾਈ। ਹਾਂਜੀ ਪ੍ਰੋਪਰ ਸਿੱਧੀ ਪਤੰਗ। ਹਾਂਜੀ ਹਾਂਜੀ ਦੇਵ ਦੰਗ ਤਿਆਰ ਕਰਤੀ ਬਾਈ ਨੇ। ਹਾਂਜੀ ਵੇਖਦੇ ਵੇਖਦੇ ਮੈਂ ਤੁਹਾਡੇ ਸਾਹਮਣੇ ਸ਼ੌਕੀਨ ਆ ਨਾ ਇਸ ਕਰਕੇ। ਹਾਂਜੀ ਹਾਂਜੀ ਸਾਹਮਣੇ ਤਿਰੰਗਾ
ਦੇਖੋ ਸਿੱਧਾ ਹੋ ਗਈ ਵਿਧਾਨ ਤਿਆਰ ਹੋਈ ਜੀ ਮਾੜਾ ਜਿਹਾ ਤਿਰੰਗਾ ਤਿਆਰ ਕਰਤਾ ਜੇ ਮੁਕੇਸ਼ ਭਾਜੀ ਨੇ ਆਪਣੀ ਮੋਹਰ ਲਾ ਲਈ ਜੀ ਮੁਕੇਸ਼ ਕੁਮਾਰ ਕਾਲੀ ਗੇਟ ਬੱਕਰ ਮੰਡੀ ਹੋਈ ਹਾਂਜੀ ਆਹ ਦੇਖੋ ਆਪਣੀ ਮੋਹਰ ਲਾਤੀ ਇਹਨਾਂ ਨੇ ਸਹੀ ਗੱਲ ਹੈ ਜੀ ਤਿਰੰਗੇ ਦੇ ਹਾਂਜੀ ਹਾਂਜੀ ਭਾਈ ਬਹੁਤ ਸੋਹਣੀ ਪਤੰਗ ਤਿਆਰ ਕੀਤੀ ਭਾਈ ਮੈਂ ਦਾਓਗੇ ਸਿੱਧੀ ਪਤੰਗ ਬਹੁਤ ਸੋਹਣੀ ਪਤੰਗ ਤਿਆਰ ਫਿਰ ਬਾਜ਼ਾਰ ਨਾਲੋਂ ਸਸਤੀ ਤੁਹਾਨੂੰ 50 ਰੁਪਏ ਹੋਈ ਭਾਈ ਇਹ ਤੁਹਾਨੂੰ 50 ਰੁਪਏ ਮਿਲੇਗੀ ਕਿਤੋਂ ਕੋਈ 50 ਰੁਪਏ ਦੀ ਹਾਂਜੀ ਮਰੇ ਕੋਈ ਨਹੀਂ ਦੇਗਾ ਤੁਹਾਨੂੰ ਇਸ ਦੇ ਉੱਤੇ ਭਾਈ 50 ਰੁਪਏ ਮਿਲ ਜੂਗੀ ਨਾ ਹਾਂਜੀ ਮਰੇ ਤੁਸੀਂ ਲਿਜਾ ਸਕਦੇ ਜੇ ਬਹੁਤ ਸੋਹਣੀ ਭਾਈ ਪਤੰਗ ਤਿਆਰ ਕੀਤੀ ਜੇ ਹਾਂਜੀ ਮਰੇ ਓਕੇ ਭਾਈ ਚੰਗਾ ਭਾਈ ਮਿਹਰਬਾਨੀ ਭਾਈ ਭਾਈ ਇਹ ਕਿਸੇ ਨੇ ਵਿਜਿਟ ਕਰਨਾ ਹੈ ਤਾਂ ਇਸ ਸ਼ੌਪ ਤੇ ਐਡਰੈਸ ਕੀ ਆਊਗਾ ਭਾਈ ਆਪਣਾ ਇਹ ਜੀ ਮੁਕੇਸ਼ ਕੁਮਾਰ ਲੋਹਰੀ ਗੇਟ ਬੱਕਰ ਮੰਡੀ ਲੱਗੇ ਉੱਥੇ ਆ ਕੇ ਤੁਸੀਂ ਮਿਲ ਸਕਦੇ ਜੀ ਆਹ ਉਹਨਾਂ ਨੇ ਆਪਣੀ ਮੋਹਰ ਲਾਈ ਜੀ ਵੇਖੋ ਜੀ ਹਾਂਜੀ ਮੁਕੇਸ਼ ਕੁਮਾਰ ਮੋਬਾਈਲ ਨੰਬਰ ਵੀ ਉਹਨਾਂ ਦਾ ਹੈਗਾ ਜੀ ਮੋਬਾਈਲ ਨੰਬਰ ਵੀ ਲਿਖਿਆ ਸਹੀ ਗੱਲ ਹੈ ਭਾਈ ਬੱਕਰ ਮੰਡੀ ਲੱਗੇ ਪੈਟਰੋਲ ਪੰਪ ਲੱਗੇ ਜੋ ਮਰਜ਼ੀ ਆ ਸਕਦੇ ਬਹੁਤ ਚੰਗਾ ਜੀ ਆਹ ਤਿਰੰਗਾ ਤਿਆਰ ਕੀਤਾ ਜੀ ਹਾਂਜੀ ਹਾਂਜੀ ਆਹ ਡਿਜ਼ਾਈਨ ਦਾ ਪਤੰਗ ਜਿਹੜੇ ਬੱਚੇ ਅੱਜ ਕੱਲ੍ਹ ਮੰਗਦੇ ਆ ਡਿਜ਼ਾਈਨ ਦਾ ਪਤੰਗ ਹਾਂਜੀ ਤੇ ਭਾਈ ਇਹ ਕਿਨੇ ਬਹੁਤ ਡਿਜ਼ਾਈਨ ਦਾ ਪਤੰਗ ਇਹ ਵੀ ਤੁਹਾਨੂੰ ਮਾਰੇ 50 ਰੁਪਏ ਮਿਲੇਗੀ ਪਤੰਗ 50 ਰੁਪਏ ਮਿਲੇਗੀ ਡਿਜ਼ਾਈਨ ਦਾ ਕੋਪਲ ਉਹ ਭਾਈ ਚੋਰ ਸੇ ਪਤੰਗ ਲੋ ਤੁਹਾਨੂੰ ਆਹ ਡਿਜ਼ਾਈਨਦਾਰ ਤੁਹਾਨੂੰ 50 ਰੁਪਏ ਮਿਲੇਗੀ ਜੇ ਇਸ ਤੋਂ ਤੁਸੀਂ ਨਜ਼ਰ ਸਾਹਿਬ ਜੀ ਕਹਿੰਦੇ ਨਾਲ ਖਾ ਕੇ ਬਣਾਉਣੀ ਹੈ ਪਤੰਗ ਉਹ ਥਾੜਾ 10 ਵੀ ਵੱਧ ਹੋਣੀ ਪਰ 10 ਵੀ ਰੁਪਏ ਫਰਕ ਪਏਗਾ ਹਾਂਜੀ ਹਾਂਜੀ ਬਾਕੀ ਆਹ ਤੁਹਾਡੇ ਸਾਹਮਣੇ ਡਿਜ਼ਾਈਨਦਾਰ ਆ ਤਰੰਗਾ ਹਾਂਜੀ ਹਾਂਜੀ ਆਹ ਦੇਖੋ ਪੰਜਾਂ ਵਾਲੀਆਂ ਹਰੀਆਂ ਗੁਲਾਬੀ ਹਾਂਜੀ ਹਾਂਜੀ ਆਹ ਦੇਖੋ ਲੋਕੀ ਹਰ ਤਰ੍ਹਾਂ ਦਾ ਡਿਜ਼ਾਈਨ ਮੰਗਦੇ ਨੇ ਸਹੀ ਗੱਲ ਹੈ ਭਾਈ ਬਹੁਤ ਸੋਹਣੀ ਤਿਆਰ ਕੀਤੀ ਭਾਈ ਆਹ ਧੁੱਪ ਵੀ ਤਿਆਰ ਕੀਤਾ ਜੀ ਧੁੱਪ ਵੀ ਤਿਆਰ ਕੀਤਾ ਭਾਈ ਹਾਂਜੀ ਆਹ ਦੇਖੋ ਮਾਰਾ ਧੁੱਪ ਭਾਈ ਆਹ ਧੁੱਪ ਕਿੰਨੇ ਪਊਗਾ ਇਹ ਵੀ ਤੁਹਾਨੂੰ 50-60 ਰੁਪਏ ਇਸ ਤੋਂ ਜ਼ਿਆਦਾ ਨਹੀਂ ਪਏਗਾ 50 ਰੁਪਏ ਦਾ 50-60 ਰੁਪਏ ਦਾ ਹਾਂਜੀ ਆਹ ਦੇਖੋ ਜੀ ਇਹ ਹੋਈ ਯਾਰ ਤੁਹਾਡੇ ਸਾਹਮਣੇ ਦੇਖੋ ਉੱਪਰ ਟੰਗੀਆਂ ਹੋਈਆਂ ਯਾਰ ਲੰਗੋਟ ਉਹ ਲਾ ਪਲੇਨ ਉਹ ਧੁੱਪ ਪਏ ਹੋਏ ਦੇ ਸਾਹਮਣੇ ਉਹ ਉੱਪਰ ਵੀ ਧੁੱਪ ਪਏ ਹੋਏ ਨੇ ਉੱਪਰ ਹਾਂਜੀ ਹਾਂਜੀ ਬਾਕੀ ਆ ਪਈ ਹੋਈਆਂ ਤੇ ਭਾਈ ਸਾਰਾ ਆਪਣਾ ਹੋਲਸੇਲ ਦਾ ਕੰਮ ਹੈ ਹਾਂਜੀ ਮਹਾਰਾਜ ਹੋਲਸੇਲ ਪਰਚੂਨ ਹੋਲਸੇਲ ਰਿਟੇਲ ਦੋਵਾਂ ਹੀ ਮਿਲ ਜਾਣਗੇ ਹਾਂਜੀ ਦੋਵਾਂ ਚ ਜੀ ਆ ਵੇਖੋ ਜੀ ਸਭ ਤਰ੍ਹਾਂ ਦੀ ਪਤੰਗ ਤਿਰੰਗਾ ਡਿਜ਼ਾਈਨਦਾਰ ਧੁੱਪ ਹਾਂਜੀ ਹਾਂਜੀ ਅਵਾਂਸੀ ਤੀਲੀ ਆ ਤਰ੍ਹਾਂ ਦੇ ਬਹੁਤ ਸੋਹਣੇ ਡਿਜ਼ਾਈਨ ਦਿਆ ਕਿਤੇ ਭਾਈ ਬਹੁਤ ਜ਼ਿਆਦਾ ਸੋਹਣੇ ਐਸ ਲਾ ਭਾਈ ਹੋ ਕੇ ਨੇ ਕੋਈ ਵੀ ਡਿਜ਼ਾਈਨ ਤਿਆਰ ਕਰਾਉਣਾ ਉਹ ਵੀ ਹੋ ਜਾਊਗਾ ਭਾਈ ਜੀ ਉਹ ਵੀ ਤਿਆਰ ਹੋ ਜਾਏਗਾ ਜੀ ਉਹ ਤੀ ਜਦੋਂ ਮਰਜੀ ਮੁਕੇਸ਼ ਕੁਮਾਰ ਲੋਹਰੀ ਗੇਟ ਬੱਕਰ ਮੰਡੀ ਲੱਗ ਹੈਗਾ ਹਾਂਜੀ ਪਾ ਕੇ ਮਿਲ ਸਕਦੇ ਉੱਥੇ ਭਾਈ ਬਹੁਤ ਪਿਆਰੇ ਡਿਜ਼ਾਈਨ ਦਿਆ ਕਿਤੇ ਹਾਂਜੀ ਤੇ ਭਾਈ ਆਪਣੇ ਗੁੱਡੀਆਂ ਕਿੰਨੀਆਂ ਸਟਾਰਟ ਹੋਈ ਨੇ ਗੁੱਡੀਆਂ ਪ੍ਰਾਈਸ ਕੀ ਸਟਾਰਟ ਹੁੰਦਾ ਨਾ ਭਾਈ ਹਾਂ ਭਾਈ ਗੁੱਡੀ ਦਾ ਕੀ ਪ੍ਰਾਈਸ ਸਟਾਰਟ ਹੁੰਦਾ ਨਾ ਆਪਣਾ ਗੁੱਡੀ ਸਾਡੀ 2 ਰੁਪਏ ਤੋਂ ਸ਼ੁਰੂ ਹੋਣੀ ਹੈ ਜੀ 2 ਰੁਪਏ ਸਟਾਰਟ ਹੁੰਦੀ ਹੈ ਭਾਈ ਹਾਂਜੀ 2 ਰੁਪਏ ਵਾਲੀ 5 ਰੁਪਏ ਵਾਲੀ 4 ਰੁਪਏ ਵਾਲੀ 7 ਰੁਪਏ ਦੀ 10 ਰੁਪਏ ਦੀ 12 ਰੁਪਏ ਵਾਲੀ 15 ਰੁਪਏ ਵਾਲੀ ਜੇ ਕਿਸੇ ਨੇ ਇਕੱਠੀ ਲੈਣੀ ਇਕੱਠੀ ਮਿਲ ਜੂਗੀ ਆਪਣੇ ਇਕੱਠੀਆਂ ਵੀ ਸਸਤੀਆਂ ਮਿਲ ਜਾਣਗੀਆਂ ਤੁਹਾਨੂੰ ਹਾਂਜੀ ਹਾਂਜੀ ਇੱਥੇ ਹੋਲਸੇਲ ਪਰਚੂਨ ਦੋਵੇਂ ਕੰਮ ਹੈਗਾ ਜੀ ਉਹਦੀ ਕੀ ਗੁੱਡੀ ਵੀ ਬਣਾਈ ਹੋਈ ਹੈ ਉਹ ਦੇਖੋ ਸਾਹਮਣੇ ਹਾਂਜੀ ਹਾਂਜੀ ਹੋਰ ਕਈ ਹੈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਭਾਈ ਪਤੰਗਾਂ ਦੇ ਸਤਿ ਸ਼੍ਰੀ ਅਕਾਲ ਭਾਈ ਸੰਗਾ ਜੀ ਸਤਿ ਸ਼੍ਰੀ ਅਕਾਲ ਭਾਈ